ਵੱਡਾ ਕਾਫਲਾ ਜੋ ਯੂਪੀ ਜਾ ਰਿਹਾ ਹੈ ਇਸ ਕਾਫਲੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਡੇਰਾ ਬਸੀ ਤੋਂ ਹਲਕਾ ਇੰਚਾਰਜ ਦੀਪਿੰਦਰ ਢਿੱਲੋਂ ਦੇ ਪੁੱਤਰ ਸਾਡੇ ਨਾਲ ਉਦੇਵੀਰ ਸਿੰਘ ਢਿੱਲੋਂ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਉਦੇਵੀਰ ਜੀ ਤਿਆਰੀ ਹੈ ਯੂਪੀ ਜਾਣ ਦੀ ਬਿਲਕੁਲ ਪੂਰੀ ਪੂਰੀ ਤਿਆਰੀ ਹੈ ਤੇ ਪੂਰੇ ਹਮ ਹਮ ਆ ਕੇ ਜਾਣ ਦੀ ਤਿਆਰੀ ਹੈ ਜੇਕਰ ਰਸਤੇ ਦੇ ਵਿੱਚ ਕੋਈ ਰੁਕਾਵਟ ਆਉਂਦੀ ਨੇ ਜਿਸ ਤਰੀਕੇ ਪਹਿਲਾਂ ਵੀ ਦੇਖਿਆ ਗਿਆ ਤਾਂ ਉੱਥੇ ਸਟਾਪ ਲੱਗ ਜਾਊਗਾ ਜਾਂ ਕੋਸ਼ਿਸ਼ ਕੀਤੀ ਜਾਊਗੀ ਯੂਪੀ ਪਹੁੰਚਣ ਦੀ ਦੇਖੋ ਸਾਡੀ ਪੂਰੀ ਕੋਸ਼ਿਸ਼ ਹੈ ਪੂਰਜੋਰ ਕੋਸ਼ਿਸ਼ ਹੈ ਵੀ ਅਸੀਂ ਯੂਪੀ ਪਹੁੰਚਣਾ ਹੀ ਪਹੁੰਚਣਾ ਹੈ ਤੇ ਜੇ ਕੋਈ ਇਹ ਜੀ ਰੁਕਾਵਟਾਂ ਸਾਡੇ ਰਸਤੇ 'ਚ ਆਉਂਦੀਆਂ ਤਾਂ ਜੋ ਸਾਡੀ ਲੀਡਰਸ਼ਿਪ ਉੱਥੇ ਫੈਸਲਾ ਕਰੇਗੀ ਅਸੀਂ ਉਸ ਫੈਸਲੇ ਦੇ ਹਿਸਾਬ ਨਾਲ ਚੱਲਾਂਗੇ 45 ਲੱਖ ਦਾ ਮੁਆਵਜ਼ੇ ਦਾ ਐਲਾਨ ਕੀਤਾ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ 50 ਲੱਖ ਦੇ ਮੁਆਵਜ਼ੇ ਦਾ ਐਲਾਨ ਕੀਤਾ ਸੀ ਪਰਿਵਾਰ ਵਾਲੇ ਸੰਤੁਸ਼ਟ ਨਹੀਂ ਹੈ ਕਿ ਜੇਕਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਸੰਤੁਸ਼ਟ ਹੈ ਮਨਜ਼ੂਰ ਹੈ ਕਿ ਇੰਨਾ ਕੁ ਮਿਲਣਾ ਚਾਹੀਦਾ ਸੀ ਉਹਨਾਂ ਨੂੰ ਦੇਖੋ ਜਿਹੜੇ ਸੂਬੇ ਦੇ ਵਿੱਚ ਇਹ ਜੀ ਘਟਨਾ ਹੋਈ ਹੋਵੇ ਸਾਡੇ ਕਿਸਾਨ ਭਾਈਚਾਰੇ ਦੇ ਨਾਲ ਇੰਨਾ ਧੱਕਾ ਹੋਇਆ ਹੋਵੇ ਅਤੇ ਮੌਤਾਂ ਹੋਣ ਅਤੇ ਇਹ ਮੈਂ ਸਮਝਦਾ ਵੀ ਇੱਕ ਤਰ੍ਹਾਂ ਦਾ ਜਿਵੇਂ ਸ਼ਰਿਅੰਤਰ ਹੁੰਦਾ ਸ਼ਰਿਅੰਤਰ ਦੇ ਰਾਹੀਂ ਇਹ ਚੀਜ਼ ਕੀਤੀ ਗਈ ਹੈ ਅਤੇ ਜੇ ਉੱਥੋਂ ਦੀ ਸੂਬਾ ਸਰਕਾਰ ਉਹਨਾਂ ਦੀ 45 ਲੱਖ ਰੁਪਇਆ ਉਹਨਾਂ ਨੂੰ ਮੁਆਵਜ਼ਾ ਦੇਵੇ ਅਤੇ ਪੰਜਾਬ ਸਰਕਾਰ ਆਪ ਮੁਹਾਰ ਹੋ ਕੇ ਉੱਥੇ 50-50 ਲੱਖ ਦੇਵੇ ਮੈਂ ਸਮਝਦਾ ਵੀ ਇਹ ਉਸ ਉੱਥੋਂ ਦੀ ਸੂਬੇ ਦੀ ਸਰਕਾਰ ਦੀ ਬੜੀ ਇੱਕ ਮੰਦਭਾਗੀ ਗੱਲ ਹੈ ਉਹਨਾਂ ਨੂੰ ਇਹ ਜਿਹੜੀ ਚੀਜ਼ ਹੈ ਬੜੀ ਗੌਰ ਕਰਨਾ ਚਾਹੀਦਾ ਅਤੇ ਜਿਹੜੀਆਂ ਮੰਗਾਂ ਨੇ ਸਾਰਿਆਂ ਦੀਆਂ ਉਹਦੇ 'ਤੇ ਧਿਆਨ ਦੇਣਾ ਚਾਹੀਦਾ ਵੀ ਜਿਹੜੇ ਉੱਥੋਂ ਦੇ ਯੂਨੀਅਨ ਮੰਤਰੀ ਨੇ ਉਹਨਾਂ ਦਾ ਜਿਹੜਾ ਮੁੰਡਾ ਹੈ ਜਿਹਨੇ ਕੀਤਾ ਉਹਨੂੰ ਅਰੈਸਟ ਕੀਤਾ ਜਾਵੇ ਜਿਹੜੇ ਯੂਨੀਅਨ ਮਿਨਿਸਟਰ ਨੇ ਸਾਡੀ ਇਹ ਵੀ ਪੂਰਜੋਰ ਮੰਗ ਹੈ ਵੀ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਤੋਂ ਰੈਜ਼ਿਗਨੇਸ਼ਨ ਲੈਣ ਕਿੱਡਾ ਕੁ ਵੱਡਾ ਕਾਫਲਾ ਲੈ ਕੇ ਜਾ ਰਹੇ ਹੋ ਯੂਪੀ ਅਸੀਂ ਬਹੁਤ ਵੱਡਾ ਕਾਫਲਾ ਤਕਰੀਬਨ ਸਾਡੀ ਆਸ ਇਹ ਹੈ ਵੀ ਤਕਰੀਬਨ 10,000 ਗੱਡੀ ਦੇ ਨੇੜੇ ਤੇੜੇ ਅਤੇ ਟਰੈਕਟਰਾਂ ਦਾ ਵੱਡਾ ਕਾਫਲਾ ਜਿਹੜਾ ਅੱਜ ਇੱਥੋਂ ਰਵਾਨਾ ਹੋਏਗਾ ਕਿਹੜੇ ਕਿਹੜੇ ਜੇ ਆਪਾਂ ਗੱਲ ਕਰੀਏ ਕਾਂਗਰਸ ਦੇ ਮੰਤਰੀ ਇਸ ਕਾਫਲੇ ਦਾ ਹਿੱਸਾ ਬਣਨਗੇ ਵਫਦ ਬਣ ਕੇ ਜਾਣਗੇ ਉੱਥੇ ਸਾਡੇ ਸਤਿਕਾਰਯੋਗ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਜੀ ਸਾਡੀ ਸਮੁੱਚੀ ਜਿਹੜੀ ਕੈਬਨਿਟ ਹੈ ਅਤੇ ਇਹ ਵੀ ਹੋ ਸਕਦਾ ਵੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਸਾਡੇ ਵਿਚਕਾਰ ਇੱਥੇ ਸ਼ਾਮਲ ਹੋਣਗੇ ਬਹੁਤ ਧੰਨਵਾਦ ਸੋ ਇਹ ਸਨ ਸਾਡੇ ਨਾਲ ਉਦੇਵੀਰ ਢਿੱਲੋਂ ਜਿਨ੍ਹਾਂ ਦਾ ਇਹ ਕਹਿਣਾ ਕਿ ਵੱਡਾ ਕੈਡਰ ਜੋ ਇੱਥੋਂ ਜਾ ਰਿਹਾ ਕਾਫਲਾ ਇੱਕ 10,000 ਗੱਡੀ ਦਾ ਕਾਫਲਾ ਜੋ ਇੱਥੋਂ ਜਾਏਗਾ ਟਰੈਕਟਰ ਵੀ ਉਹਦੇ ਵਿੱਚ ਸ਼ਾਮਲ ਹੋਣਗੇ ਅਤੇ ਇਹਨਾਂ ਨੇ ਦੱਸਿਆ ਕਿ ਯੂਪੀ ਇਹ ਕੂਚ ਕਰਕੇ ਰਹਿਣਗੇ ਪਰਿਵਾਰਾਂ ਨੂੰ ਮਿਲਣਗੇ ਉੱਥੇ ਜਾ ਕੇ ਅਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ ਜੋ 50 ਲੱਖ ਰੁਪਇਆ ਮੁਆਵਜ਼ਾ ਦੇ ਰਹੀ ਹੈ ਇੱਥੋਂ ਤੱਕ ਕਿ ਯੂਪੀ ਸਰਕਾਰ ਨੇ 45 ਲੱਖ ਦਾ ਮੁਆਵਜ਼ਾ ਦਾ ਐਲਾਨ ਕੀਤਾ ਪਰ ਪੰਜਾਬ ਸਰਕਾਰ ਨੇ ਅੱਗੇ ਵਧਿਆ ਉਹਨਾਂ ਤੋਂ ਕਹਿ ਸਕਦੇ ਹਾਂ ਕਿ 5 ਲੱਖ ਦਾ ਵੱਧ ਮੁਆਵਜ਼ੇ ਦਾ ਐਲਾਨ ਕੀਤਾ ਸੋ ਇਸ ਦੌਰਾਨ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਜੋ ਦੋਸ਼ੀ ਨੇ ਉਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਸਕੇ ਜਾਂ ਪਰਿਵਾਰ ਦੇ ਜੋ ਜੀ ਗਏ ਨੇ ਕਹਿ ਸਕਦੇ ਉਹਨਾਂ ਨੇ ਤਾਂ ਵਾਪਸ ਨਹੀਂ ਆਉਣਾ ਪਰ ਪਰਿਵਾਰ ਨੂੰ ਕਿਤੇ ਨਾ ਕਿਤੇ ਤਾਂ ਸੰਤੁਸ਼ਟੀ ਮਿਲ ਜਾਵੇਗੀ ਕਿ ਜੋ ਦੋਸ਼ੀ ਸੀ ਉਹਨਾਂ ਨੂੰ ਸਜ਼ਾ ਮਿਲ ਗਈ ਕਿਤੇ ਨਾ ਕਿਤੇ ਉਹਨਾਂ ਦੇ ਕਾਲਜੇ ਠੰਡ ਵੀ ਪੈ ਜਾਵੇਗੀ ਲਗਾਤਾਰ ਅਪਡੇਟਸ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਕੈਮਰਾਮੈਨ ਪ੍ਰਵੀਨ ਦੇ ਨਾਲ ਮਨਪ੍ਰੀਤ ਸਿੰਘ ਗਿੱਲ ਸਕਾਈ ਨਿਊਜ਼ ਪੰਜਾਬ ਮੋਹਾਲੀ ਵੱਡਾ ਕਾਫਲਾ ਜੋ ਯੂਪੀ ਜਾ ਰਿਹਾ ਹੈ ਇਸ ਕਾਫਲੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਡੇਰਾ ਬਸੀ ਤੋਂ ਹਲਕਾ ਇੰਚਾਰਜ ਦੀਪਿੰਦਰ ਢਿੱਲੋਂ ਦੇ ਪੁੱਤਰ ਸਾਡੇ ਨਾਲ ਉਦੇਵੀਰ ਸਿੰਘ ਢਿੱਲੋਂ ਮੌਜੂਦ ਨੇ ਨਾਲ ਗੱਲਬਾਤ ਕਰਦੇ ਹਾਂ ਉਦੇਵੀਰ ਜੀ ਤਿਆਰੀ ਹੈ ਯੂਪੀ ਜਾਣ ਦੀ ਬਿਲਕੁਲ ਪੂਰੀ ਪੂਰੀ ਤਿਆਰੀ ਹੈ ਤੇ ਪੂਰੇ ਹਮ ਹਮ ਆ ਕੇ ਜਾਣ ਦੀ ਤਿਆਰੀ ਹੈ ਜੇਕਰ ਰਸਤੇ ਦੇ ਵਿੱਚ ਕੋਈ ਰੁਕਾਵਟ ਆਉਂਦੀ ਨੇ ਜਿਸ ਤਰੀਕੇ ਪਹਿਲਾਂ ਵੀ ਦੇਖਿਆ ਗਿਆ ਤਾਂ ਉੱਥੇ ਸਟਾਪ ਲੱਗ ਜਾਊਗਾ ਜਾਂ ਕੋਸ਼ਿਸ਼ ਕੀਤੀ ਜਾਊਗੀ ਯੂਪੀ ਪਹੁੰਚਣ ਦੀ ਦੇਖੋ ਸਾਡੀ ਪੂਰੀ ਕੋਸ਼ਿਸ਼ ਹੈ ਪੂਰਜੋਰ ਕੋਸ਼ਿਸ਼ ਹੈ ਵੀ ਅਸੀਂ ਯੂਪੀ ਪਹੁੰਚਣਾ ਹੀ ਪਹੁੰਚਣਾ ਹੈ ਤੇ ਜੇ ਕੋਈ ਇਹ ਜੀ ਰੁਕਾਵਟਾਂ ਸਾਡੇ ਰਸਤੇ 'ਚ ਆਉਂਦੀਆਂ ਤਾਂ ਜੋ ਸਾਡੀ ਲੀਡਰਸ਼ਿਪ ਉੱਥੇ ਫੈਸਲਾ ਕਰੇਗੀ ਅਸੀਂ ਉਸ ਫੈਸਲੇ ਦੇ ਹਿਸਾਬ ਨਾਲ ਚੱਲਾਂਗੇ 45 ਲੱਖ ਦਾ ਮੁਆਵਜ਼ੇ ਦਾ ਐਲਾਨ ਕੀਤਾ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ 50 ਲੱਖ ਦੇ ਮੁਆਵਜ਼ੇ ਦਾ ਐਲਾਨ ਕੀਤਾ ਸੀ ਪਰਿਵਾਰ ਵਾਲੇ ਸੰਤੁਸ਼ਟ ਨਹੀਂ ਹੈ ਕਿ ਜੇਕਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਸੰਤੁਸ਼ਟ ਹੈ ਮਨਜ਼ੂਰ ਹੈ ਕਿ ਇੰਨਾ ਕੁ ਮਿਲਣਾ ਚਾਹੀਦਾ ਸੀ ਉਹਨਾਂ ਨੂੰ ਦੇਖੋ ਜਿਹੜੇ ਸੂਬੇ ਦੇ ਵਿੱਚ ਇਹ ਜੀ ਘਟਨਾ ਹੋਈ ਹੋਵੇ ਸਾਡੇ ਕਿਸਾਨ ਭਾਈਚਾਰੇ ਦੇ ਨਾਲ ਇੰਨਾ ਧੱਕਾ ਹੋਇਆ ਹੋਵੇ ਅਤੇ ਮੌਤਾਂ ਹੋਣ ਅਤੇ ਇਹ ਮੈਂ ਸਮਝਦਾ ਵੀ ਇੱਕ ਤਰ੍ਹਾਂ ਦਾ ਜਿਵੇਂ ਸ਼ਰਿਅੰਤਰ ਹੁੰਦਾ ਸ਼ਰਿਅੰਤਰ ਦੇ ਰਾਹੀਂ ਇਹ ਚੀਜ਼ ਕੀਤੀ ਗਈ ਹੈ ਅਤੇ ਜੇ ਉੱਥੋਂ ਦੀ ਸੂਬਾ ਸਰਕਾਰ ਉਹਨਾਂ ਦੀ 45 ਲੱਖ ਰੁਪਇਆ ਉਹਨਾਂ ਨੂੰ ਮੁਆਵਜ਼ਾ ਦੇਵੇ ਅਤੇ ਪੰਜਾਬ ਸਰਕਾਰ ਆਪ ਮੁਹਾਰ ਹੋ ਕੇ ਉੱਥੇ 50-50 ਲੱਖ ਦੇਵੇ ਮੈਂ ਸਮਝਦਾ ਵੀ ਇਹ ਉਸ ਉੱਥੋਂ ਦੀ ਸੂਬੇ ਦੀ ਸਰਕਾਰ ਦੀ ਬੜੀ ਇੱਕ ਮੰਦਭਾਗੀ ਗੱਲ ਹੈ ਉਹਨਾਂ ਨੂੰ ਇਹ ਜਿਹੜੀ ਚੀਜ਼ ਹੈ ਬੜੀ ਗੌਰ ਕਰਨਾ ਚਾਹੀਦਾ ਅਤੇ ਜਿਹੜੀਆਂ ਮੰਗਾਂ ਨੇ ਸਾਰਿਆਂ ਦੀਆਂ ਉਹਦੇ 'ਤੇ ਧਿਆਨ ਦੇਣਾ ਚਾਹੀਦਾ ਵੀ ਜਿਹੜੇ ਉੱਥੋਂ ਦੇ ਯੂਨੀਅਨ ਮੰਤਰੀ ਨੇ ਉਹਨਾਂ ਦਾ ਜਿਹੜਾ ਮੁੰਡਾ ਹੈ ਜਿਹਨੇ ਕੀਤਾ ਉਹਨੂੰ ਅਰੈਸਟ ਕੀਤਾ ਜਾਵੇ ਜਿਹੜੇ ਯੂਨੀਅਨ ਮਿਨਿਸਟਰ ਨੇ ਸਾਡੀ ਇਹ ਵੀ ਪੂਰਜੋਰ ਮੰਗ ਹੈ ਵੀ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਤੋਂ ਰੈਜ਼ਿਗਨੇਸ਼ਨ ਲੈਣ ਕਿੱਡਾ ਕੁ ਵੱਡਾ ਕਾਫਲਾ ਲੈ ਕੇ ਜਾ ਰਹੇ ਹੋ ਯੂਪੀ ਅਸੀਂ ਬਹੁਤ ਵੱਡਾ ਕਾਫਲਾ ਤਕਰੀਬਨ ਸਾਡੀ ਆਸ ਇਹ ਹੈ ਵੀ ਤਕਰੀਬਨ 10,000 ਗੱਡੀ ਦੇ ਨੇੜੇ ਤੇੜੇ ਅਤੇ ਟਰੈਕਟਰਾਂ ਦਾ ਵੱਡਾ ਕਾਫਲਾ ਜਿਹੜਾ ਅੱਜ ਇੱਥੋਂ ਰਵਾਨਾ ਹੋਏਗਾ ਕਿਹੜੇ ਕਿਹੜੇ ਜੇ ਆਪਾਂ ਗੱਲ ਕਰੀਏ ਕਾਂਗਰਸ ਦੇ ਮੰਤਰੀ ਇਸ ਕਾਫਲੇ ਦਾ ਹਿੱਸਾ ਬਣਨਗੇ ਵਫਦ ਬਣ ਕੇ ਜਾਣਗੇ ਉੱਥੇ ਸਾਡੇ ਸਤਿਕਾਰਯੋਗ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਜੀ ਸਾਡੀ ਸਮੁੱਚੀ ਜਿਹੜੀ ਕੈਬਨਿਟ ਹੈ ਅਤੇ ਇਹ ਵੀ ਹੋ ਸਕਦਾ ਵੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਸਾਡੇ ਵਿਚਕਾਰ ਇੱਥੇ ਸ਼ਾਮਲ ਹੋਣਗੇ ਬਹੁਤ ਧੰਨਵਾਦ ਸੋ ਇਹ ਸਨ ਸਾਡੇ ਨਾਲ ਉਦੇਵੀਰ ਢਿੱਲੋਂ ਜਿਨ੍ਹਾਂ ਦਾ ਇਹ ਕਹਿਣਾ ਕਿ ਵੱਡਾ
ਕੈਡਰ ਜੋ ਇੱਥੋਂ ਜਾ ਰਿਹਾ ਕਾਫਲਾ ਇੱਕ 10,000 ਗੱਡੀ ਦਾ ਕਾਫਲਾ ਜੋ ਇੱਥੋਂ ਜਾਏਗਾ ਟਰੈਕਟਰ ਵੀ ਉਹਦੇ ਵਿੱਚ ਸ਼ਾਮਲ ਹੋਣਗੇ ਤੇ ਇਹਨਾਂ ਨੇ ਦੱਸਿਆ ਕਿ ਯੂਪੀ ਇਹ ਕੂਚ ਕਰਕੇ ਰਹਿਣਗੇ ਪਰਿਵਾਰਾਂ ਨੂੰ ਮਿਲਣਗੇ ਉੱਥੇ ਜਾ ਕੇ ਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ ਜੋ 50 ਲੱਖ ਰੁਪਏ ਮੁਆਵਜ਼ਾ ਦੇ ਰਹੀ ਹੈ ਇੱਥੋਂ ਤੱਕ ਕਿ ਯੂਪੀ ਸਰਕਾਰ ਨੇ 45 ਲੱਖ ਦਾ ਮੁਆਵਜ਼ਾ ਦਾ ਐਲਾਨ ਕੀਤਾ ਪਰ ਪੰਜਾਬ ਸਰਕਾਰ ਨੇ ਅੱਗੇ ਵਧਿਆ ਉਹਨਾਂ ਤੋਂ ਕਹਿ ਸਕਦੇ ਹਾਂ ਕਿ 5 ਲੱਖ ਦਾ ਵੱਧ ਮੁਆਵਜ਼ੇ ਦਾ ਐਲਾਨ ਕੀਤਾ ਸੋ ਇਸ ਦੌਰਾਨ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਜੋ ਦੋਸ਼ੀ ਨੇ ਉਹਨਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਸਕੇ ਜਾਂ ਪਰਿਵਾਰ ਦੇ ਜੋ ਜੀ ਗਏ ਨੇ ਕਹਿ ਸਕਦੇ ਹਾਂ ਉਹਨਾਂ ਨੇ ਤਾਂ ਵਾਪਸ ਨਹੀਂ ਆਉਣਾ ਪਰ ਪਰਿਵਾਰ ਨੂੰ ਕਿਤੇ ਨਾ ਕਿਤੇ ਤਾਂ ਸੰਤੁਸ਼ਟੀ ਮਿਲ ਜਾਵੇਗੀ ਕਿ ਜੋ ਦੋਸ਼ੀ ਸੀ ਉਹਨਾਂ ਨੂੰ ਸਜ਼ਾ ਮਿਲ ਗਈ ਕਿਤੇ ਨਾ ਕਿਤੇ ਉਹਨਾਂ ਦੇ ਕਾਲਜੇ ਠੰਡ ਵੀ ਪੈ ਜਾਵੇਗੀ ਲਗਾਤਾਰ ਅਪਡੇਟਸ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਕੈਮਰਾਮੈਨ ਪ੍ਰਵੀਨ ਦੇ ਨਾਲ ਮਨਪ੍ਰੀਤ ਸਿੰਘ ਗਿੱਲ ਸਕਾਈ ਨਿਊਜ਼ ਪੰਜਾਬ ਮੋਹਾਲੀ ਵੱਡਾ ਕਾਫਲਾ ਜੋ ਯੂਪੀ ਜਾ ਰਿਹਾ ਹੈ ਇਸ ਕਾਫਲੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਡੇਰਾ ਬੱਸੀ ਤੋਂ ਹਲਕਾ ਇੰਚਾਰਜ ਦੀਪਿੰਦਰ ਢਿੱਲੋਂ ਦੇ ਪੁੱਤਰ ਸਾਡੇ ਨਾਲ ਉਦੇਵੀਰ ਸਿੰਘ ਢਿੱਲੋਂ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਉਦੇਵੀਰ ਜੀ ਤਿਆਰੀ ਹੈ ਯੂਪੀ ਜਾਣ ਦੀ ਬਿਲਕੁਲ ਪੂਰੀ ਤਿਆਰੀ ਹੈ ਤੇ ਪੂਰੇ ਹਮ ਆ ਕੇ ਜਾਣ ਦੀ ਤਿਆਰੀ ਹੈ ਜੇਕਰ ਰਸਤੇ ਦੇ ਵਿੱਚ ਕੋਈ ਰੁਕਾਵਟ ਆਉਂਦੀ ਨੇ ਜਿਸ ਤਰੀਕੇ ਪਹਿਲਾਂ ਵੀ ਦੇਖਿਆ ਗਿਆ ਤਾਂ ਉੱਥੇ ਸਟਾਪ ਲੱਗ ਜਾਊਗਾ ਜਾਂ ਕੋਸ਼ਿਸ਼ ਕੀਤੀ ਜਾਊਗੀ ਯੂਪੀ ਪਹੁੰਚਣ ਦੀ ਦੇਖੋ ਸਾਡੀ ਪੂਰੀ ਕੋਸ਼ਿਸ਼ ਹੈ ਪੂਰਜ਼ੋਰ ਕੋਸ਼ਿਸ਼ ਹੈ ਵੀ ਅਸੀਂ ਯੂਪੀ ਪਹੁੰਚਣਾ ਹੀ ਪਹੁੰਚਣਾ ਹੈ ਤੇ ਜੇ ਕੋਈ ਇਹੋ ਜੀ ਰੁਕਾਵਟਾਂ ਸਾਡੇ ਰਸਤੇ 'ਚ ਆਉਂਦੀਆਂ ਤਾਂ ਜੋ ਸਾਡੀ ਲੀਡਰਸ਼ਿਪ ਉੱਥੇ ਫੈਸਲਾ ਕਰੇਗੀ ਅਸੀਂ ਉਸ ਫੈਸਲੇ ਦੇ ਹਿਸਾਬ ਨਾਲ ਚੱਲਾਂਗੇ